ਆਮ ਤੌਰ ਦੇ ਉੱਤੇ ਮਾਵਾਂ ਆਪਣੇ ਪੁੱਤਰਾਂ ਨੂੰ ਤਿਆਰ ਕਰਕੇ ਸਕੂਲ ਭੇਜਦੀਆਂ ਨੇ, ਪਰ ਅੱਜ ਦੀ ਇਸ ਖਬਰ 'ਚ ਕੁਝ ਖਾਸ ਹੈ। ਮਾਂ ਅਤੇ ਪੁੱਤ ਦੋਨੋਂ ਇਕੱਠੇ ਸਕੂਲ ਜਾਂਦੇ ਨੇ ਅਤੇ ਹੁਣ ਇਕੱਠੇ 10ਵੀਂ ਦੇ ਪੇਪਰ ਦੇ ਰਹੇ ਨੇ। ਕਹਿੰਦੇ ਨੇ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ। 29 ਸਾਲ ਪਹਿਲਾਂ ਤਰਨ ਤਾਰਨ ਵਿੱਚ ਰਜਨੀ ਬਾਲਾ ਨੇ 9ਵੀਂ ਕਲਾਸ ਦੀ ਪੜ੍ਹਾਈ ਪਾਸ ਕੀਤੀ ਸੀ, ਪਰ ਪਰਿਵਾਰਕ ਕਾਰਨਾਂ ਦੇ ਕਾਰਨ ਉਸਦੀ ਪੜ੍ਹਾਈ ਇੱਥੇ ਹੀ ਛੁੱਟ ਗਈ ਅਤੇ ਅੱਜ 29 ਸਾਲ ਬਾਅਦ ਉਹ ਆਪਣੇ ਪੁੱਤਰ ਦੀਪਕ ਦੇ ਨਾਲ ਹੀ 10ਵੀਂ ਕਰ ਰਹੀ ਹੈ। ਇਹੀ ਨਹੀਂ, ਦੋਨਾਂ ਨੇ ਇਕੱਠੇ ਨਾ ਸਿਰਫ ਸਕੂਲ 'ਚ ਪੜ੍ਹਾਈ ਕੀਤੀ ਬਲਕਿ ਇਕੱਠੇ ਟਿਊਸ਼ਨ 'ਤੇ ਵੀ ਗਏ ਅਤੇ ਹੁਣ ਦੋਨੇ ਮਾਂ ਪੁੱਤ ਇਕੱਠੇ ਪ੍ਰੀਖਿਆ ਕੇਂਦਰ 'ਚ ਜਾ ਕੇ ਪੇਪਰ ਦੇ ਰਹੇ ਨੇ। ਤੁਸੀਂ ਆਪ ਹੀ ਸੁਣੋ ਕੀ ਕਹਿ ਰਹੇ ਨੇ ਮਾਂ ਪੁੱਤ। ਬਿਲਕੁਲ ਜੀ ਬਿਲਕੁਲ, ਬਹੁਤ ਅੱਛੇ ਬੱਚੇ ਵਿੱਚ ਬੈਠ ਕੇ ਬਚਪਨ ਯਾਦ ਆ ਜਾਂਦਾ ਆਪਣਾ ਜੀ। ਬਚਪਨ ਦੀ ਯਾਦਾਂ ਤਾਜ਼ਾ ਹੁੰਦੀਆਂ। ਪਹਿਲਾਂ ਥੋੜੇ ਕੁ ਫੀਲ ਹੋਇਆ ਇੱਕ ਦੋ ਦਿਨ ਜਦੋਂ ਸਕੂਲ ਗਈ, ਲੇਕਿਨ ਬਾਅਦ ਵਿੱਚ ਬਹੁਤ ਅੱਛਾ ਲੱਗਾ। ਮੈਂ ਟਿਊਸ਼ਨ ਲਈ ਥੋੜੇ ਕੁ ਦਿਨ ਬਸ। ਵਧੀਆ ਲੱਗਦਾ ਜੀ, ਨਾਲ ਪੜ੍ਹ ਰਹੇ ਹਾਂ, ਇੱਕ ਹੀ ਸਕੂਲ 'ਚ ਰੋਜ਼ ਆਉਣਾ ਜਾਂਦੇ, ਇੱਕ ਹੀ ਪੇਪਰ ਹੈਗੇ ਨੇ, ਸੇਮ ਹੁੰਦੇ ਨੇ, ਵਧੀਆ ਲੱਗਦਾ। ਨਹੀਂ ਨਹੀਂ ਨਹੀਂ, ਸਾਰੇ ਦੋਸਤ ਕੁਛ ਨਹੀਂ ਕਹਿੰਦੇ, ਸਾਰੇ ਕਹਿੰਦੇ ਵਧੀਆ ਹੈਗਾ ਕਿ ਪੇਪਰ ਦੇ ਰਹੇ ਨੇ ਸਾਰੇ ਕਹਿੰਦੇ। ਹਾਂਜੀ ਹਾਂਜੀ, ਮੈਨੂੰ ਵੀ ਦੱਸਦੇ ਨੇ, ਮੈਂ ਇਹਨਾਂ ਨੂੰ ਦੱਸ ਦਿੰਦਾ, ਬਹੁਤ ਹੈਲਪ।